जल्दी जल्दी करो इनार पानी मरियम नानी जल्दी जल्दी करो अंगूर तुसी तोड़ के ना आ देखो फवादा आंदा पैने ते फिर कौन ने लबने हों चोरी करके ना अपने जोले छोले भर गे ना अंगूर बड़ा जबरदस्त है खूबसूरत किस्म पके आ वैसे भी नानी मरियम तुसन उई भी ते लुट मार करके ते चोरी करके खान दी आदत ना तुहाड़े नाल असी भी आ गई ते सानू भी चस्का पा छे ते फवादा बनाउंदा पे ते ओ फिर बड़ी तो लानत कर सी तो फिट कर सी ते अंगूर बहु जबरदस्त किस्म का पक्या ते साडा भी जी ललचा गया कि थोड़ा जी अंगूर असी भी खा लवा जल्दी जल्दी करो जोले छोले भर गए ना तनी ते फिर बेचते भी आस नहीं होई ते नानी मरियम तानू तो कौन ही तेरी ती बेती होंदी रवे भी रे सजनी कोई गल नहीं खैर है शीरी ए भी सारी नानी बहन ना नानी मरियम सारी बड़ी ਭੈਣ ਹੈ ਇਹਦੇ ਨਾਲ ਬਹਿ ਬਹਿ ਕਦੇ ਮਿੱਠਾ ਮਿੱਠਾ ਖਾ ਖਾ ਕਦੇ ਸਾਰੇ ਵੀ ਰੰਗ ਪਕੜ ਗਈਆਂ ਨਾ ਤਾਂ ਜਿਹੜਾ ਇਹ ਕਰਦੀ ਸਾਨੂੰ ਵੀ ਮਜਬੂਰਨ ਕਰਨਾ ਪਾਉਂਦਾ ਇਹ ਤਾਂ ਖੈਰ ਅੰਗੂਰ ਮਿੱਠੇ ਤਾਂ ਸਾਨੂੰ ਵੀ ਚਸਕਾ ਆ ਗਿਆ ਤਾਂ ਚਸਕਾ ਲੈਣਾ ਚਾਹੀਦਾ ਨਾ ਕੋਈ ਮਸਲਾ ਨਹੀਂ ਹੈ ਤੇ ਇਹ ਆਪ ਸਾਰੀ ਜ਼ਿੰਦਗੀ ਚਸਕੇ ਲੈਂਦੀ ਰਹੀ ਸਾਰੀ ਨਾਨੀ ਮਰੀਓ ਬਹਿਣਾ ਤਾਂ ਅਸਾਂ ਵੀ ਤਾਂ ਚਸਕਾ ਲੈਣਾ ਹੀ ਹੈ ਨਾ ਚਸਕੇ ਦਾ ਨਾ ਹੀ ਬੁਰਾ ਤੇ ਬੜਾ ਖੂਬਸੂਰਤ ਕਿਸਮ ਦਾ ਅੰਗੂਰ ਹੈ ਤਾਂ ਜਲਦੀ ਜਲਦੀ ਕਰੋ ਇਹ ਆਪਣੀ ਜੇ ਪੈਸੇ ਆਪਾਂ ਬਾਹਰ ਲਓ ਜਿਹੜੀ ਕੋਈ ਪੈਸਾ ਭਰਾਇਆ ਨੀ ਉਹ ਖਵਾਦਾ ਹੁਣ ਕੀ ਆਉਂਦਾ ਹੁਣ ਤੇ ਉਹ ਕੀ ਹੁਣ ਕਾਨੂੰਨ ਕਰਦਾ ਹੁਣ ਕੋਈ ਸ਼ਰਮ ਆਜ਼ਾਦ ਦੀ ਗੱਲ ਕਰਿੰਦਾ ਜਾਂ ਕੋਈ ਕੀ ਕਰਿੰਦਾ ਪਰ ਚੱਲ ਅੰਗੂਰ ਤੇ ਖਾਈਆ ਨਾ ਹੋ ਕੁੜੀਓ ਔਰ ਸ਼ਰਮ ਕਰੋ ਯਾ ਕਰੋ ਬਾਹਰ ਨਿਕਲੋ ਬਾਹਰ ਨਿਕਲੋ ਮਿਹਨਤ ਕਰਕੇ ਤੇ ਇਤਨੇ ਅੰਗੂਰ ਲਾਇਆ ਇਤਨੀ ਜ਼ਮੀਨ ਦੇ ਵਿੱਚ ਔਰ ਤੁਸੀਂ ਸ਼ਰਮ ਨਹੀਂ ਆ ਰਿਹਾ ਔਰ ਤੁਹਾਡੇ ਵਾਸਤੇ ਕੋਈ ਗੁੰਜਾਇਸ਼ ਕੋਈ ਨਹੀਂ ਨਾ ਇਹਨਾਂ ਰਬਾਨੀ ਔਰ ਸ਼ੀਰੀ ਇਹ ਜਿਹੜੀ ਉਹਦੇ ਸੈਲਦਾਰ ਲਾਲ ਰੰਗ ਮੂੰਹ ਵਾਲੇ ਕੀਤੇ ਆ ਸੋਹਣਾ ਖੂਬਸੂਰਤ ਮੂੰਹ ਹੈ ਅਤੇ ਹੋਠਾਂ 'ਤੇ ਖੂਬਸੂਰਤ ਕਿਸਮ ਦੀ ਲਾਲੀ ਲਾ ਕੇ ਅਤੇ ਸੁਰਖੀ ਲਾ ਖੜੀ ਹੈ ਇਸ ਵਾਸਤੇ ਸਨਸ਼ਨ ਹੈ ਇਹ ਸਾਡਾ ਆਪਣਾ ਜਾਤੀ ਬੰਦਾ ਇਸ ਵਾਸਤੇ ਸਨਸ਼ਨ ਹੈ ਤੁਹਾਡੇ ਵਾਸਤੇ ਕੋਈ ਸਨਸ਼ਨ ਨਹੀਂ ਹੈ ਤੁਹਾਨੂੰ ਤਾਂ ਨਭ ਕਾ ਮੈਂ ਹੁਣ ਥਾਣੀ ਅੰਦਰ ਕਰਵਾਇਆ ਤੁਸੀਂ ਮੇਰਾ ਨੁਕਸਾਨ ਕੀਤਾ ਇਹ ਅੰਗੂਰ ਐਵੇਂ ਤਾਂ ਨਹੀਂ ਮੈਂ ਮਿਹਨਤ ਕਰ ਕਰਕੇ ਲਾਇਆ ਤਾਂ ਹੈ ਜਿਹੜੀ ਉਹਦੀ ਸਾਈਡ 'ਤੇ ਹੈ ਨਾ ਲਾ ਰੱਤੇ ਮੂੰਹ ਵਾਲੀ ਇਸ ਵਾਸਤੇ ਬਿਲਕੁਲ ਗੁੰਜਾਇਸ਼ ਹੈ ਤੁਹਾਡੇ ਵਾਸਤੇ ਗੁੰਜਾਇਸ਼ ਕੋਈ ਨਹੀਂ ਹੁਣ ਮੈਂ ਤੁਹਾਨੂੰ ਪਕੜ ਕੇ ਤਾਂ ਪੁਲਿਸ ਦੇ ਹਵਾਲੇ ਕਰੇ ਨਾ ਸ਼ਰਮ ਕਰੋ ਕਿਉਂ ਮੇਰਾ ਤੁਸਾਂ ਬਾਗੀਚਾ ਤਬਾਹ ਕਰ ਦਿੱਤਾ ਇਹ ਰਹਾ ਨਹੀਂ ਜਾਤਾ ਮੈਨੂੰ ਤੇ ਛੂਟ ਮਿਲ ਗਈ ਹੈ ਫਵਾਦ ਮੇਰਾ ਪਾਣਾ ਦੋਸਤ ਯਾਰ ਹੈ ਉਹ ਇਸ ਨਾਲ ਤਾਰੇ ਸਾਰੇ ਚੰਗੇ ਗੁਜ਼ਰੇ ਨਾ ਇਨਾਰਾ ਪਾਣੀ ਦੇ ਕਬਾ ਜੀ ਸ਼ੀਰ ਤਾਂ ਹੀ ਤਾਂ ਮੈਂ ਆਪਣੇ ਬਗੀਚੇ ਇਸ ਵਾਸਤੇ ਆਈ ਹਾਂ ਮੈਨੂੰ ਤਾਂ ਪਰੇਸ਼ਾਨੀ ਕੋਈ ਨਹੀਂ ਮੈਨੂੰ ਤਾਂ ਵਕਤ ਮਿਲ ਰਿਹਾ ਸੀ ਤੁਹਾਨੂੰ ਤਾਂ ਫਿਰ ਪਰੇਸ਼ਾਨੀ ਨਾਲ ਮਰ ਗਿਆ ਨਾ ਚਲੋ ਤੁਸੀਂ ਬਹੁਤ ਤਾਂ ਮੈਂ ਤਾਂ ਆਪਣਾ ਘਰ ਮੈਂ ਪਤੇ ਡੋਰੇ ਡਾਲ ਕੇ ਤਾਂ ਹੁਣ ਅੰਗੂਰ ਖੁੱਲਾ ਖਾਇਆ ਸਾਂ ਪਿਆਰੇ ਦੋਸਤੋ ਵੀਡੀਓ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਲ ਆਉਣ ਵਾਲਾ ਨਵਾਂ ਸਿਆਸਤ ਮਬਨੀ ਫਨੀ ਖਾਕਾ ਉਸ ਦਾ ਨੋਟੀਫਿਕੇਸ਼ਨ ਤੋਂ ਸਾਨੂੰ ਬਰ ਵਕਤ ਮਿਲਦਾ ਰਹੇ ਇਸ ਕਿਸੇ ਪਾਰਟੀ ਨਾਲ ਕੋਈ ਤਲਕ ਨਹੀਂ ਹੈ ਸਿਰਫ ਸਾਨੂੰ ਆਸਾਨ ਵਾਸਤੇ ਫਨੀ ਖਾਕੇ ਬਣਾਏ ਜਾਂਦੇ ਹਨ।